दो व्यक्तियों वालों जिहड़ा कि करियाने की दुकान के उपर जिहड़ा कि फायरिंग की गई है। ये मामला यह है कि पहला इन्हों को फरौती की मांग की गई सी। बस जी मैं दुकान पर बैठा सीगा जी, जकदम दो जने आए हैं जी, उन्हें सीधा फायर मारिया मेरे ते, वो मार मार के गांह भज गया जी। मैं पिछा दुकान घर वालों आ गया जी। बस 15 लाख रुपये डिमांड करते सीगे, बस ज्यादा गल नहीं हुई इन्हों। अर्श डाले का नाम, अर्श हरिक्याल लंडे का नाम लैके उन्होंने फोन किया। अर्श डाला, हाँ अर्श डाला नहीं, हरिक्याल लंडा लंडा हरी, हाँ ठीक है। नहीं फरौती की मंग जाने की बाद की, मेरे ना तो हाल चाल पूछा जी, तो मैं जो दूजी कॉल की मैनू, तो मैनू कहता बड़ा औखा जहा बोलदा तू की गल, तो मैं क्या भी तुम्हें दसो कौन बोलते हैं, औखा जी बोलना नहीं कही गल, तुम दाँ दसो कौन बोलता भी रिश्ता तू मेरा, मैंने दसा सही मैं तेरा फलाना बोलता। उन्होंने दसा नहीं, मैंने कहता मैं तो पछाणा नहीं लगता मैंने, मैं नहीं पछाया, मैं कहता लंडा हरिक्याला बोलता, बस इन्नी गल कही उन्हें आप फोन कर दिया। अच्छा उन्हें आप खुद दसिया तो ना अपना कि लंडा हरी की? हाँ जी हाँ जी। अभी प्रशासन तो पुरजोर मांग करते हैं कि शहर शहर का माहौल सही किया जाए, नहीं तो ये भैन के छिट्टे निकलेंगे, बाजार बंद होगा, व्यापार मंडल सद्या जाऊगा, सारा बाजार बंद होगा। सर लॉ एंड ऑर्डर बहुत ज़्यादा जरूर है, एक कितों के लोग हैं जो इस तरह की हरकत कर? ਲਾਅ ਐਂਡ ਆਰਡਰ ਪਹਿਲਾਂ ਤੁਸੀਂ ਕਲੀਅਰ ਕਰੋ, ਲਾਅ ਐਂਡ ਆਰਡਰ ਮੈਨੂੰ ਡੇਢ ਮਹੀਨਾ ਹੋਇਆ ਇਹਨੂੰ, ਉੱਥੇ ਕਿਹੜਾ ਲਾਅ ਐਂਡ ਆਰਡਰ ਕਿੰਨਾ ਕਿਵੇਂ? ਦੋ ਲੜਕੇ ਸੀ ਮੋਟਰਸਾਈਕਲ ਦੇ ਮੂੰਹ ਢੱਕੇ ਹੋਏ ਸੀਗੇ, ਅਤੇ ਉਹਨਾਂ ਦੀ ਅਜੇ ਤੱਕ ਆਈਡੈਂਟੀਫਿਕੇਸ਼ਨ ਨਹੀਂ ਕਲੀਅਰ, ਪਰ ਅਸੀਂ ਜਿਹੜੇ ਟੈਕਨੀਕਲ ਐਵੀਡੈਂਸ ਦੇ ਬੇਸ 'ਤੇ ਇਨਵੈਸਟੀਗੇਟ ਕਰ ਰਹੇ ਹਾਂ। ਉਮੀਦ ਹੈ ਕੋਈ ਇਹਦੇ 'ਚ ਗ੍ਰਿਫਤਾਰੀ ਹੋਈ ਹੋਵੇ? ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ, ਇਸ ਵੇਲੇ ਅਸੀਂ ਮੌਜੂਦ ਹਾਂ ਬਸਤੀ ਮਾਛੀਆਂ ਦੇ ਕ੍ਰਿਸ਼ਨਾ ਮੰਦਰ ਦੇ ਨਜ਼ਦੀਕ ਗਲੀ ਦੇ ਵਿੱਚ, ਜਿੱਥੇ ਕਿ ਰਾਤ ਇੱਕ ਦੋ ਵਿਅਕਤੀਆਂ ਵੱਲੋਂ ਜਿਹੜਾ ਕਿ ਕਰਿਆਨੇ ਦੀ ਦੁਕਾਨ ਦੇ ਉੱਪਰ ਜਿਹੜਾ ਕਿ ਫਾਇਰਿੰਗ ਕੀਤੀ ਗਈ ਹੈ। ਇਹ ਮਾਮਲਾ ਇਹ ਹੈ ਕਿ ਪਹਿਲਾਂ ਇਹਨਾਂ ਕੋਲੋਂ ਫਰੌਤੀ ਦੀ ਮੰਗ ਕੀਤੀ ਗਈ ਸੀਗੀ, ਅਤੇ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੈ ਅੰਕਿਤ ਕਰਿਆਨਾ ਸਟੋਰ, ਜਿਨ੍ਹਾਂ ਦੇ ਉੱਪਰ ਜਿਹੜਾ ਕਿ ਇਹ ਫਾਇਰ ਕੀਤਾ ਗਿਆ। ਜਿਹੜਾ ਇਹ ਫਾਇਰ ਹੈ ਇਹ ਇੱਥੇ ਥੜੇ ਦੇ ਵੱਜਾ, ਇੱਥੇ ਵੱਜਣ ਕਰਕੇ ਬਚਾ ਰਹਿ ਗਿਆ, ਜਦਕਿ ਉਹ ਦੁਕਾਨ ਉਸ ਵੇਲੇ 9 ਵਜੇ ਦੇ ਕਰੀਬ ਖੁੱਲੀ ਹੋਈ ਸੀਗੀ, ਅਤੇ ਉਹ ਭੱਜ ਕੇ ਜਦੋਂ ਅੰਦਰ ਚਲੇ ਗਏ ਅਤੇ ਉਹਨਾਂ ਨੇ ਆਪਣੀ ਜਾਨ ਬਚਾਈ। ਇਸ ਵੇਲੇ ਆਪਾਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਮਾਮਲਾ ਕੀ ਹੈ ਅਤੇ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਇਹ ਸਾਰੀ। ਇੱਥੇ ਉਹ ਦੁਕਾਨਦਾਰ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਇੱਥੇ ਵਪਾਰ ਮੰਡਲ ਦੇ ਲੋਕ ਬੈਠੇ ਹੋਏ ਨੇ ਸਾਰੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਤੁਹਾਡਾ? ਰਾਜ ਕੁਮਾਰ ਜੀ। ਇਹ ਜਿਹੜੀ ਇਹ ਘਟਨਾ ਵਾਪਰੀ, ਰਾਤ ਗੋਲੀ ਚੱਲੀ ਹੈ ਤੁਹਾਡੀ ਦੁਕਾਨ ਦੇ ਉੱਪਰ, ਹਾਂਜੀ, ਇਹ ਕੀ ਕਾਰਨ ਕੀ ਬਣਿਆ ਸੀ? ਬਸ ਜੀ ਮੈਂ ਦੁਕਾਨ 'ਤੇ ਬੈਠਾ ਸੀਗਾ ਜੀ, ਯਕਦਮ ਦੋ ਜਣੇ ਆਏ ਆ ਜੀ, ਉਹਨਾਂ ਸਿੱਧਾ ਫਾਇਰ ਮਾਰਿਆ ਮੇਰੇ, ਅਤੇ ਉਹ ਮਾਰ ਮਾਰ ਕੇ ਗਾਂਹ ਭੱਜ ਗਿਆ ਜੀ। ਮੈਂ ਪਿੱਛਾ ਦੁਕਾਨ ਘਰ ਵੱਲੋਂ ਆ ਗਿਆ ਜੀ। ਬਸ ਕੋਈ ਆਪਸੀ ਦੁਸ਼ਮਣੀ ਹੋਵੇ ਜਾਂ ਕੋਈ ਕਾਰਨ ਹੁੰਦਾ ਕਿਸੇ ਚੀਜ਼ ਦਾ, ਜੇ ਫਾਇਰ ਮਾਰਿਆ ਉਹਨਾਂ ਨੇ? ਇਹਨਾਂ ਦੀ ਹੁਣ ਕੀ ਕਹਿ ਸਕਦੇ ਹਾਂ, ਦੁਕਾਨਦਾਰੀ ਇਹ ਦੁਕਾਨ 'ਤੇ ਰਿਵੀ ਗਾਣ ਗਾਹਕਾਂ ਨੇ ਆਉਣਾ, ਸ਼ਾਮ ਨੂੰ ਮੀਆਂ ਨੇ ਜਾਣਾ ਜੀ। ਦੁਸ਼ਮਣੀ ਵਾਲੀ ਤਾਂ ਕੋਈ ਗੱਲ ਹੀ ਨਹੀਂ, ਸਾਰੀ ਉਮਰ ਹੋ ਗਈ ਜੰਮੇ ਭਲੇ ਇੱਥੇ ਹਾਂ, ਕਿਹੜਾ ਵੀ ਅੱਜ ਨਵੇਂ ਕੋਈ ਆਪਾਂ ਆਏ ਹਾਂ ਉੱਠ ਕੇ ਪਾਸਿਓਂ, ਸਾਰੀ ਉਮਰ ਹੋ ਗਈ ਇੱਥੇ ਆਪਾਂ, ਇੱਥੇ ਐਸੇ ਬਸਤੀ 'ਚ ਜੰਮੇ ਹਾਂ, ਇਸ ਬਸਤੀ 'ਚ ਦੁਕਾਨ ਕਰਦੇ ਪਏ ਹਾਂ। ਅੱਜ ਦੀ ਤਾਂ ਹੈ ਨਹੀਂ ਵੀ ਆਪਾਂ ਅੱਜ, ਅੱਜ ਮੇਰੀ 46 ਸਾਲ ਉਮਰ ਹੈ, 46 ਸਾਲ ਅੱਜ ਮੈਂ 15 ਸਾਲਾਂ ਦਾ ਸੀ ਜਦੋਂ ਮੈਂ ਕੰਮ ਕਰਨ ਲੱਗਾ, ਅੱਜ ਮੈਂ 30 ਸਾਲ ਹੋ ਗਏ ਮੈਨੂੰ ਦੁਕਾਨਦਾਰੀ ਕਰਦੇ ਨੇ। ਮੇਰੀ ਬਾਜ਼ਾਰ 'ਚ ਦੁਕਾਨ ਸੀ, ਅੱਜ ਮੇਰੀ ਮਹੱਲੇ 'ਚ ਪਾਈ ਹੈ ਮੇਰੀ। ਕੋਈ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਪਹਿਲਾਂ ਕੀਤੀ ਗਈ ਹੈ, ਕਿਸੇ ਲੈ ਕੇ ਕੋਈ ਕਾਲ ਆਈ ਹੋਵੇ ਤੁਹਾਨੂੰ ਜਾਂ ਕੋਈ ਲੈਟਰ ਆਈ ਹੋਵੇ ਕਿਸੇ ਤਰ੍ਹਾਂ ਦੀ? ਉਹ ਤਾਂ ਕਾਲ ਸੋਮਵਾਰ ਆਈ ਸੀਗੀ ਜੀ, ਉਹਦੇ 'ਚ ਆਪਾਂ ਸਾਨੂੰ ਗੌਰ ਜਿਹਾ ਕਰ ਦਿੱਤਾ ਵੀ ਚਲੋ ਕਾਲ ਮੈਂ ਤਾਂ ਆਉਂਦੀਆਂ ਰਹਿੰਦੀਆਂ ਕਾਲਾਂ ਜੀ, ਕਈਆਂ ਨੂੰ ਆਈਆਂ ਕਹਿੰਦੇ ਸੁਣਿਆ ਸੀਗਾ, ਪਰ ਆਪਾਂ ਇਗਨੋਰ ਕਰਤਾ ਸੀ ਇਸ ਗੱਲ ਨੂੰ। ਉਸ ਤੋਂ ਬਾਅਦ ਕੋਈ ਕਾਲ ਨਹੀਂ ਆਈ, ਕੋਈ ਮੈਸੇਜ ਨਹੀਂ, ਕੋਈ ਕੁਛ ਨਹੀਂ। ਮੇਰੇ ਬੇਟੇ ਨੂੰ ਵੀ ਆਇਆ, ਮੇਰੇ ਬੇਟੇ ਨੂੰ ਵੀ, ਭਤੀਜੇ ਨੂੰ ਵੀ, ਮੈਨੂੰ ਵੀ, ਤਿੰਨਾਂ ਨੰਬਰਾਂ 'ਤੇ ਫੋਨ ਆਇਆ ਜੀ ਅੱਡੋ ਅੱਡ। ਅਲੱਗ ਅਲੱਗ ਨੰਬਰਾਂ 'ਤੇ ਤੁਹਾਨੂੰ ਕਾਲ ਆਈ ਹੈ? ਹਾਂਜੀ 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 ਹਾਂਜੀ। ਅਤੇ ਕੋਈ ਮੰਗ ਡਿਮਾਂਡ ਕੀਤੀ ਹੋਵੇ ਗਈ? 15 ਕੁ ਲੱਖ ਰੁਪਏ ਡਿਮਾਂਡ ਕਰਦੇ ਸੀਗੇ, ਬਸ ਜ਼ਿਆਦਾ ਗੱਲ ਨਹੀਂ ਹੋਈ ਇਹਨਾਂ ਨਾਲ। ਅਰਸ਼ ਡਾਲੇ ਦਾ ਨਾਂ, ਅਰਸ਼ ਹਰੀਕਿਆਂ ਵਾਲੇ ਲੰਡੇ ਦਾ ਨਾਂ ਲੈ ਕੇ ਉਹਨਾਂ ਨੇ ਫੋਨ ਕੀਤਾ। ਅਰਸ਼ ਡਾਲਾ, ਹਾਂ ਅਰਸ਼ ਡਾਲਾ ਨਹੀਂ, ਹਰੀਕਿਆਂ ਵਾਲਾ ਲੰਡਾ, ਲੰਡਾ ਹਰੀਕੇ, ਹਾਂ ਠੀਕ ਹੈ। ਅੱਛਾ ਉਹਦੇ ਵੱਲੋਂ ਮਤਲਬ ਇਹ ਕਿਹਾ ਗਿਆ ਕਿ ਇਹ ਉਹਦੇ ਵੱਲੋਂ ਇਹ ਫਰੌਤੀ ਦੀ ਮੰਗ ਕੀਤੀ ਗਈ? ਬਿਲਕੁਲ ਬਿਲਕੁਲ ਨਹੀਂ, ਫਰੌਤੀ ਦੀ ਮੰਗ ਜਾਣੀ ਕਿ ਬਾਅਦ 'ਚ ਕੀਤੀ, ਮੇਰੇ ਨਾਲ ਤਾਂ ਹਾਲ ਚਾਲ ਪੁੱਛਿਆ ਜੀ, ਅਤੇ ਮੈਂ ਜੋ ਦੂਜੀ ਕਾਲ ਕੀਤੀ ਮੈਨੂੰ, ਅਤੇ ਮੈਨੂੰ ਕਹਿੰਦਾ ਬੜਾ ਔਖਾ ਜਿਹਾ ਬੋਲਦਾ ਤੂੰ ਕੀ ਗੱਲ, ਅਤੇ ਮੈਂ ਕਿਹਾ ਵੀ ਤੈਨੂੰ ਦੱਸੋ ਕੌਣ ਬੋਲਦੇ ਆ, ਔਖਾ ਜੀ ਬੋਲਣਾ ਨਹੀਂ ਕਿਹੜੀ ਗੱਲ, ਤੁਸੀਂ ਤਾਂ ਦੱਸੋ ਕੌਣ ਬੋਲਦਾ ਵੀ ਰਿਸ਼ਤਾ ਤੂੰ ਮੇਰਾ, ਮੈਨੂੰ ਦੱਸੋ ਸਹੀ ਮੈਂ ਤੇਰਾ ਫਲਾਣਾ ਬੋਲਦਾ। ਉਹਨਾਂ ਨੇ ਦੱਸਿਆ ਨਹੀਂ ਮੈਨੂੰ, ਕਹਿੰਦਾ ਮੈਨੂੰ ਪਛਾਣਿਆ ਨਹੀਂ ਲੱਗਦਾ ਮੈਨੂੰ, ਮੈਂ ਕਿਹਾ ਨਹੀਂ ਪਛਾਣਿਆ, ਮੈਂ ਕਹਿੰਦਾ ਲੰਡਾ ਹਰੀਕਿਆਂ ਨਾਲ ਬੋਲਦਾ, ਬਸ ਇੰਨੀ ਗੱਲ ਕਹੀ ਉਹਨੇ ਆਪਾਂ ਫੋਨ ਕਰ ਦਿੱਤਾ। ਅੱਛਾ ਉਹਨੇ ਆਪ ਖੁਦ ਦੱਸਿਆ ਤੁਹਾਨੂੰ ਨਾ ਆਪਣਾ ਕਿ ਲੰਡਾ ਹਰੀਕੇ ਬੋਲਦਾ? ਹਾਂਜੀ ਹਾਂਜੀ। ਉਹਦਾ ਇਸ ਵੇਲੇ ਵਿਦੇਸ਼ ਵਿੱਚ ਮੇਰੇ ਖਿਆਲ ਹੈ ਨਾ? ਮਾਲਕ ਵਿਦੇਸ਼ 'ਚ ਨੰਬਰ ਆਇਆ ਜੀ, ਵਿਦੇਸ਼ੀ ਨੰਬਰ ਆਇਆ ਮੈਨੂੰ। ਅਤੇ ਤੁਹਾਡੀ ਉਹਨੂੰ ਕਿਵੇਂ ਪਤਾ ਲੱਗਾ ਕਿ ਇੰਨੀ ਹੈਸੀਅਤ ਹੈਗੀ ਜਿਹੜਾ ਕਿ? ਮਾਲਕ ਜਾਣਦਾ ਜੀ, ਹੁਣ ਮਾਲਕ ਜਾਣਦਾ ਜੀ, ਉਹਨੂੰ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਬੰਦੇ ਰੇਕੀ ਕਰਦੇ ਜਾਂਦਾ।
शहर छोटा शहर है, इतने मस्ती जी बैठे हाँ भी तुम्हें पता ही सर। साढ़े नाल इत्थे प्रधान भी मौजूद ने करियाना यूनियन के जेडे कि इस वेले मौके पर पहुंचे ने। सर की कहना चाहोगे, किस तरह का लग रहा तुहानू ये माहौल? शहर का माहौल बहुत खराब हो रहा जी। अभी प्रशासन तो पुरजोर मांग करते हैं कि शहर का माहौल सही किया जाए, नहीं तो ये भैन के छिट्टे निकलेंगे। बाजार बंद होगा, व्यापार मंडल सद्या जाऊगा, सारा बाजार बंद होगा। व्यापार मंडल वालों कोई अज एक्शन लिता जा रहा? व्यापार मंडल अज मीटिंग होगी जी, उस बाद फैसला लिया जाऊगा। जिमें कि इन्होंने वालों दसा जा रहा कि व्यापार मंडल तो इन वालों कोई ना कोई फैसला लैके तो एक्शन भी लिया जाएगा। पर एक जरा कि छोटा दुकानदार है जिसन एक विदेश बैठे जरा हरीके वाला लंडा हरीके नाम का जरा गैंगस्टर है उनके वालों फरौती मंगी जाती है, गल की जाती है, बार बार प्यो पुतों गल की जाती है, तो उन्होंने को बार बार यही मांग की जाती कि 15 लाख रुपए की डिमांड की जाती है। एक गरीब जिहड़ा दिहाड़ीदार है, एक दिहाड़ीदार ही गिणिया जा सकता जिहड़ा कि छोटा दुकानदार है, वो किवें इन्नी डिमांड पूरी कर सकता है? इत्थे पुलिस विभाग के जिहड़े DSP गुरदीप सिंह भी मौजूद ने, वह भी CCTV नूं खंगाल रहे हैं, तो उन्हां नाल भी गलबात करते हैं कि किदां दे उन्हां नूं क्लू मिल रहे हैं, की कहना चाहते हैं, क्यों इन्नी जिहड़ी ला एंड आर्डर की जिहड़ी है स्थिति है इन्नी खराब हुई पई है, क्यों नहीं इसके उत्ते कंट्रोल किया जा सकता? साढ़े नाल इस वेले डिप्टी DSP जीरा गुरदीप सिंह मौजूद ने। सर जो रात इतने दुकानदार के उत्ते हमला होया कि किन्ना वालों किया गया, कुछ पता लगा हो कि प्रोग्रेस है? दो लड़के से मोटरसाइकिल के मुँह ढके हुए थे, उन्होंने अजे तक आइडेंटिफिकेशन नहीं क्लीयर, पर असि मतलब टेक्निकल एविडेंस के बेस से इन्वेस्टिगेट कर रहे हैं। उम्मीद है कोई इन गिरफ्तारी हुई होगी? अभी तक कोई गिरफ्तारी नहीं। सर ला एंड आर्डर बहुत ज़्यादा दिल रहे हैं, कितों कि लोग है जो इस तरह की हरकत कर रहे हैं? ला एंड आर्डर पहले तुम क्लीयर करो, ला एंड आर्डर मैंने 1.5 महीना होया इतने के ला एंडर कि बिगड़िया सर? ये जो अपना गोली चली है जमें मैं 1.5 महीने से पहला इंस्टांस होया। ठीक है, ठीक है, सू इंटीमेन आई असल केस रजिस्टर करता। ठीक है, जो भी टैक्नीकली जिस जिस तरीके भी तब्दीश होनी चाहिए असं कर रहे हैं। 1.5 महीने कोई किसी तरह की एक इस तो पहला स्नैचिंग का इंसीडेंट हो गया, वो भी असं बंदे ट्रेस कर ले। ठीक है, तो एक दूजा इंसीडेंट हो मेरे 1.5 महीने सर की गल गैंगस्टर ना जुड़ा है मामला जी? असं इन्वेस्टिगेशन कर रहे हैं, हुन क्लियर मतलब टेक्निकली जो एविडेंस आऊगा फिर ही पता लगेगा। परिवार पे थ्रेट आया सी उहदे बारे हुन फोन नंबर अजे क्लियर नहीं हो रहे। ठीक है, जिवें कि सर वल्लों दस्सिया गया कि पहला इन्हां नूं जिहड़ी कि धमकी भी दित्ती गई सी, पर जड़ा कि इन्हें पुछ पड़ताल की जा रही है, CCTV वगैरह खंगाले जा रहे हैं, पूरी छानबीन की जा रही है, जिंदे तहत यह जल्द ही इस लोगों जोड़े ये दो लोग जोड़े इतने आ गए रात फायरिंग करके गए हैं, उन्होंने जल्द ही गिरफ्तार कर लिया जाएगा।